कोई विचार से हाँ जी होर सवाल सीगा जी के कई लोग जिहड़े भोले हुंदे ने कहिंदे वी दुनिया च देखिया वी भोले लोकां नूं वी दुख बहुत मिलदा कहिंदे वी उह क्यों इदां क्यों हुंदा भोले लोकां नूं वी ते भले लोकां नूं भले हाँ जी आपां नूं आ नहीं कहना चाहीदा वी भोले लोकां नूं अपने लोकां दुख मिलदा वा दुख तो हरेक नूं मिलदा चाहे कोई भोला चाहे कोई शैतान है कोई चलाक है चाहे कोई बुरा चाहे कोई चंगा हरेक नूं दुख मिलदा जिवें बुद्ध ने कहता पहलों वी दुनिया च दुख पक्का अटल सच्चाई आ तो गुरमुख इस गल नूं मंनदी आ नानक दुखिया सब संसार गुरु साहब कह रहे हैं कि सब संसार दुखिया वा सो ये तो अटल सच्चाई है पर दुख क्यों आप कारण समझते हैं पुराने किए कर्म अनुसार हरेक कोई दुखी है या कोई सुखी है हूँ आप जो दुनिया जैसे देख रहे हैं एक मनुख आ आपको इन्नी जिंदगी दी थी बस आज जन्म लिया तो पिछले 20-25 साल का पता सूँ भी इंसान ने 20-25 साल में देखे बंद ने कोई ये बड़ा भला बंदा है बड़ा भला इंसान इन्हें माड़ा काम किया नहीं कोई इन्हें दुख क्यों आप साड़ी दृष्टि बहुत ही लिमिटेड है तो पर नेड़े दिसे मात लोग तुद सुझे दूर साढ़े सतगुरों नूं दूर दिसदा सूरां नूं जीव का पता कि पिछों की करके आपको 25-30-50 साल दिसदे होंगे किसी को 80 साल दिसदे होंगे किसी को सारी उम्र दीदी होगी पर सच्चे पातशाह ने उहदी इस उम्र तो बिना होर पिछले जन्मां दे लखां करोड़ां जन्म दीदे ने जे किसी नूं सब दीदे होण तो वह सवाल कदे नहीं करो की पता पिछे आप की करके आए आप अपनी जिंदगी अज ही देख लीए जो असं अज हाँ तो अज तो 25 साल पहले सेम थोड़ी थे कि अपनी अवस्था बदली है ज्ञान वध्या या जिस तरह की बदली है इस तरह जो आप पिछले जन्म से उस जन्म से की पता जो अब भोला बंदा चंगा इंसान आ उन्हें पिछले जन्म कि कर्म किए ने जिन्हों कर्मों का वो अब भुगतान कर रहा वा सो ये बारे भी अपने अलग डिटेल में आप विचार करा बहुत वधिया टॉपिक है तो आम लोगों के सवाल है ਉਹਦਾ ਕਾਰਨ ਇਹੀ ਹੈ ਗੁਰਮਤ ਇਹੀ ਕਹਿੰਦੀ ਆ ਦੱਦੇ ਦੋਸ਼ ਨੇ ਦੀ ਕਿਸੇ ਦੋਸ਼ ਕਰਮਾਂ ਆਪਣਿਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨੇ ਤੀਜੇ ਅਵਰ ਜਾਣਾ ਸੋ ਕਿਸੇ ਹੋਰ ਨੂੰ ਦੋਸ਼ ਨਹੀਂ ਦੇਣਾ ਆਪਣੇ ਕਰਮਾਂ ਦਾ ਦੋਸ਼ ਹਾਂ ਕਰਮ ਕੁਛ ਸਾਨੂੰ ਯਾਦ ਨੇ ਕੁਛ ਸਾਨੂੰ ਯਾਦ ਨਹੀਂ ਗੇ ਹੈ ਕਰਮਾਂ ਦਾ ਦੋਸ਼ ਹੀ ਆਪਣੇ ਲਈ ਇੱਦਾਂ ਵੀ ਦੇਖਣ ਨੂੰ ਜਿਵੇਂ ਮਿਲਿਆ ਜਿਵੇਂ ਕੋਈ ਬੰਦਾ ਇਮਾਨਦਾਰ ਹੁੰਦਾ ਜਾਂ ਭੋਲਾ ਹੁੰਦਾ ਅਤੇ ਉਹਨੂੰ ਲੱਗਦਾ ਕਿ ਮੇਰੇ ਇਮਾਨਦਾਰ ਹੋਣ ਕਰਕੇ ਜਾਂ ਭੋਲੇ ਹੋਣ ਕਰਕੇ ਵੀ ਮੇਰੇ ਨਾਲ ਨੁਕਸਾਨ ਹੋ ਗਿਆ ਇੱਦਾਂ ਹੋ ਗਿਆ ਕਈ ਬੰਦੇ ਆਪਣਾ ਭੋਲਾਪਣ ਜਾਂ ਉਹ ਚੰਗਾ ਗੁਣ ਛੱਡ ਬੈਠਦੇ ਨੇ ਇਹਦੇ ਬਾਰੇ ਕਿਵੇਂ ਵਿਚਾਰ ਹੈ ਜਿਹੜਾ ਭੋਲਾ ਇਨਸਾਨ ਆ ਉਹ ਕੋਈ ਜਾਣ ਕੇ ਥੋੜ੍ਹੀ ਵੀ ਇਟਸ ਨੋਟ ਸਮਥਿੰਗ ਦੈਟ ਯੂ ਡਿਲੀਬਰੇਟਲੀ ਅਡੋਪਟ ਤੁਸੀਂ ਭੋਲੇ ਹੈਗੇ ਤੇ ਤੁਸੀਂ ਭੋਲੇ ਹੀ ਆ ਤੁਸੀਂ ਭੋਲਾ ਸਭ ਆਪਣੇ ਛੱਡ ਨਹੀਂ ਸਕਦੇ ਜੇ ਚਲਾ ਕਦੇ ਚਾਂਜੇ ਕਾਂਟੇ ਤੇ ਕਾਂਟੇ ਹੀ ਆ ਇਹ ਤਾਂ ਨੈਚੁਰਲੀ ਹੈ ਬੰਦਾ ਭੋਲਾ ਪਰ ਹਾਂ ਇੰਨੀ ਗੱਲ ਜ਼ਰੂਰ ਆ ਕਿ ਜਦੋਂ ਇਨਸਾਨ ਨੂੰ ਜ਼ਿੰਦਗੀ ਦੀਆਂ ਜਦੋਂ ਇਹੋ ਜਿਹੀਆਂ ਸੱਚਾਈਆਂ ਦਾ ਸਾਹਮਣਾ ਕਰਨਾ ਪੈਂਦਾ ਵਾ ਅਤੇ ਭੋਲਾਪਣ ਦੂਰ ਹੋ ਜਾਂਦਾ ਫਿਰ ਦੂਰ ਹੋ ਜਾਂਦਾ ਵਾ ਅਤੇ ਦੁਬਾਰਾ ਭੋਲਾਪਣ ਅਡੋਪਟ ਨਹੀਂ ਬੰਦਾ ਕਰ ਸਕਦਾ ਪਰ ਇੱਕ ਗੱਲ ਦੇਖਣ 'ਚ ਆਈ ਆ ਰੱਬ ਵੀ ਭੋਲਾ ਆ ਹਾਂ ਅਤੇ ਜਦੋਂ ਇਨਸਾਨ ਰੱਬ ਦੀ ਬੰਦਗੀ ਕਰਦਾ ਭਗਤੀ ਕਰਦਾ ਅਸੀਂ ਜ਼ਿੰਦਗੀ ਦੇਖੇ ਨੇ ਕਿ ਗੁਰਮੁਖ ਨੇ ਭੋਲੇ ਬਣ ਜਾਂਦੇ ਨੇ ਆਪੇ ਭੋਲੇ ਹੋ ਜਾਂਦੇ ਨੇ ਇਟਸ ਨੋਟ ਸਮਥਿੰਗ ਯੂ ਕੈਨ ਅਡੋਪਟ ਐਟ ਵਿਲ ਓਕੇ ਆਮ ਗੋਨਾ ਸਟਾਰਟ ਬੀਂਗ ਭੋਲਾ ਇੱਦਾਂ ਕੋਈ ਭੋਲਾ ਆਪਣੇ ਆਪ ਕਿੱਦਾਂ ਹੋ ਜੂਗਾ ਉਹ ਤਾਂ ਆਪੇ ਬੰਦਾ ਭੋਲਾ ਬਣ ਜਾਂਦਾ ਹੁਣ ਕਿੰਨੇ ਗੁਰਮੁਖਾਂ ਨੂੰ ਪਤਾ ਆਪਾਂ ਮਿਲੇ ਨਹੀਂ ਗਈਆਂ ਨੂੰ ਕਿੱਦਾਂ ਭੋਲੇ ਸੁਭਾਅ ਹੁੰਦੇ ਇਹਨਾਂ ਦੇ ਬੱਚਿਆਂ ਦੇ ਸੁਭਾਅ ਹੁੰਦੇ ਨੇ ਕਿ ਵਾਹਿਗੁਰੂ ਆਪ ਬੱਚਿਆਂ ਵਰਗਾ ਆ ਜਿਹੜਾ ਬੰਦਾ ਦੁਨੀਆਂ ਦੀ ਸੰਗਤ ਕਰਦਾ ਆ ਮਾਇਆ ਚਲਾ ਕੇ ਆ ਜੇ ਜੋ ਲੋਕ ਮਾਇਆ ਵਿੱਚ ਖੁੱਭੇ ਹੋਏ ਨੇ ਆਪਾਂ ਉਹਨਾਂ ਦੀ ਸੰਗਤ ਕਰਦੇ ਜਦੋਂ ਅਸੀਂ ਚਲਾਕੂ ਬਣ ਜਾਂਦੇ ਹਾਂ ਅਤੇ ਜਦੋਂ ਆਪਾਂ ਗੁਰਮੁਖਾਂ ਦੀ ਸੰਗਤ ਕਰਦੇ ਹਾਂ ਵਾਹਿਗੁਰੂ ਦੀ ਬੰਦਗੀ ਕਰਦੇ ਹਾਂ ਗੁਰਬਾਣੀ ਦਾ ਪਾਠ ਕਰਕੇ ਵਾਹਿਗੁਰੂ ਦੇ ਗੁਣਾਂ ਨੂੰ ਜਾਣਦੇ ਹਾਂ ਅਸੀਂ ਦੁਨੀਆਂ ਵਾਲੇ ਪਾਸੇ ਭੋਲੇ ਬਣ ਜਾਂਦੇ ਹਾਂ ਸੋ ਨੈਚੁਰਲ ਹੀ ਹੈ ਇਹ ਸੋ ਜਿਹੜੇ ਆਪਾਂ ਕਹਿੰਦੇ ਭੋਲੇ ਜਿਹੜੇ ਜਿਹੜਾ ਭੋਲੇ ਬੰਦੇ ਦੁੱਖ ਮਿਲਦਾ ਵਾ ਉਹ ਵੀ ਪੁਰਾਣੇ ਕਰਮਾਂ ਅਨੁਸਾਰ ਮਿਲਦੇ ਹਨ ਪਰ ਜੇ ਉਹ ਆਪਣੇ ਸਿਰ ਰਸੇ ਪਰ ਤੁਰਿਆ ਨਾ ਨਾਮ ਜਪੋ ਪਾਠ ਕਰੋ ਦੁੱਖ ਨਾ ਮਿਟ ਜਾਣੇ ਕਰਮਾਂ ਦਾ ਲਿਖਾ ਨਿਮਕ ਹੋ ਜਾਣਾ ਕਦੇ ਨਿਬੜ ਜਾਣਾ ਭੋਲੇ ਹੋਣ ਦਾ ਅਸਲ ਅਰਥ ਕੀ ਅਸਲ ਅਰਥ ਹਾਂ ਉਹ ਵੀ ਆਪਾਂ ਵੀਡੀਓ ਕੱਢੀ ਸੀ ਇਹਦੇ ਬਾਰੇ ਵੀ ਭੋਲੇ ਦਾ ਮਤਲਬ ਕੀ ਆ ਵੀ ਭੋਲੇ ਦਾ ਮਤਲਬ ਬੇਵਕੂਫ ਨਹੀਂ ਗਾ ਹਨਾ ਬੇਵਕੂਫ ਨਹੀਂ ਸਟੂਪਿਡ ਨਹੀਂ ਭੋਲੇ ਦਾ ਮਤਲਬ ਭੋਲੇ ਦਾ ਭਾਵ ਦੁਨੀਆ ਦੀ ਦੁਨਿਆਵੀ ਦੁਨੀਆ ਦੇ ਸਿਆਣ ਸਿਆਣਪ ਵਾਲੇ ਪਾਸਿਓਂ ਜਿਹੜਾ ਅਵੇਸਲਾ ਹੋਵੇ ਜਿਵੇਂ ਅੱਜ ਕੱਲ੍ਹ ਹੁਣ ਆਪਾਂ ਇੱਦਾਂ ਕਹਿ ਲਈਏ ਵੀ ਛੋਟੇ ਬੱਚੇ ਨੂੰ ਆਪਾਂ ਕਹੀਏ ਜੇ ਕਿਤੇ ਵੱਡੇ ਅਡਲਟ ਹੋਣ ਤਾਂ ਉਹ ਕਦੇ ਆਪਣੇ ਕੋਈ ਇਹੋ ਜਿਹੀ ਗੱਲ ਕਰਨ ਜਿਹੜੀ ਕਾਮ ਰਿਲੇਟਡ ਆ ਭਾਵੇਂ ਸਹੀ ਰੂਪ ਤਰੀਕੇ ਨਾਲ ਕੀਤੀ ਜਾਵੇ ਘਪੇੜੇ ਤਰੀਕੇ ਨਾਲ ਨਹੀਂ ਅਤੇ ਬੱਚੇ ਨੂੰ ਨਹੀਂ ਗੱਲ ਸਮਝ ਆਉਣੀ ਬੱਚਾ ਉਸ ਪਾਸੇ ਭੋਲਾ ਆ ਅਤੇ ਆਮ ਆਪੇ ਬੱਚੇ ਵੱਡੇ ਕਹਿ ਵੀ ਦਿੰਦੇ ਨੇ ਵੀ ਬੱਚੇ ਦੇ ਸਾਹਮਣੇ ਗੱਲ ਨਾ ਕਰੋ ਉਹਨੂੰ ਸਮਝ ਨਹੀਂ ਆਉਂਦੀ ਉਹਨਾਂ ਆਪਾਂ ਸਮਝਾਉਣਾ ਚਾਹੁੰਦੇ ਨਹੀਂ ਇਹ ਗੱਲ
ਸੋ ਜੇ ਇਸੇ ਇਸ ਤੋਂ ਸਾਬਤ ਹੁੰਦਾ ਕਿ ਜਿਹੜਾ ਭੋਲੇ ਦਾ ਭਾਵ ਆ ਜਿਹੜਾ ਦੁਨਿਆਵੀ ਪਾਸਿਓਂ ਦੁਨਿਆਵੀ ਇਹੋ ਜਿਹੀ ਚੀਜ਼ਾਂ ਰਸਾਂ ਕਸਾਂ ਪਾਸਿਓਂ ਜਿਹੜਾ ਅਣਭੋਲ ਹੋਵੇ ਅਣਛੋਹ ਹੋਵੇ ਉਹਨੂੰ ਆਪਾਂ ਭੋਲਾ ਕਹਿ ਸਕਦੇ ਹਾਂ। ਅਤੇ ਜਿਹੜਾ ਉੱਦਾਂ ਮੂਰਖ ਹੈ, ਮੂਰਖ ਦਾ ਮਤਲਬ ਭੋਲਾ ਨਹੀਂ, ਮੂਰਖ ਹੋਰ ਚੀਜ਼ ਆ, ਭੋਲਾ ਹੋਰ ਚੀਜ਼ ਆ। ਸੋ ਜਿਹੜਾ ਗੁਰਮੁਖ ਆ ਉਹ ਦੁਨਿਆਵੀ ਜਿੱਦਾਂ ਕਹਿ ਲਓ ਕਈਆਂ ਨੂੰ ਡਬਲ ਮੀਨਿੰਗ ਆਉਂਦੇ ਜਦੋਂ ਗੱਲ ਕਰਦੇ ਨੇ, ਜਿਹੜੇ ਮਨਮੁੱਖ ਹੁੰਦੇ ਨੇ ਉਹ ਬੜੀਆਂ ਗੱਲਾਂ 'ਚ ਡਬਲ ਮੀਨਿੰਗ ਕਰਦੇ ਗੱਲਾਂ, ਹੈ ਨਾ। ਜਿਹੜੇ ਗੁਰਮੁਖ ਨੂੰ ਡਬਲ ਮੀਨਿੰਗ ਦਾ ਪਤਾ ਨਹੀਂ ਹੈਗਾ, ਉਹਨੂੰ ਉਸ ਪਾਸੇ ਜਦੋਂ ਉਹਨਾਂ ਨੂੰ ਧਿਆਨ ਨਹੀਂ ਹੈਗਾ, ਉਹਨੂੰ ਸਾਰੇ ਇੱਕੋ ਸਿੱਧਾ ਹੀ ਪਤਾ ਵਾ। ਸੋ ਆਪਾਂ ਕਹਿ ਸਕਦੇ ਭੋਲੇ। ਸੋ ਦੁਨਿਆਵੀ ਪਾਪਾਂ ਵਾਲੇ ਪਾਸੇ ਜਿਹੜੇ ਅਣਛੋਹ ਹੋਣ, ਅਣਭੋਲ ਹੋਣ, ਉਹਨਾਂ ਨੂੰ ਆਪਾਂ ਕਹਿ ਸਕਦੇ ਕਿ ਉਹ ਭੋਲੇ ਆ, ਚਲਾਕੂ ਨਹੀਂ ਹੈ।